ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੌਮ ਦਾ ਇੱਕ ਮਹਾਨ ਯੋਧਾ ਅਤੇ ਜਰਨੈਲ, ਜਿਹਨੇ ਸੰਘਰਸ਼ ਦੇ ਤਿੰਨੇ ਪੜਾਅ ਬੜੇ ਨੇੜੇ ਤੋਂ ਵੇਖਿਆ, ਚਾਹੇ ਉਹ ਬੌਧਿਕ ਹਮਲਾ ਸੀ, ਚਾਹੇ ਹਥਿਆਰਬੰਦ ਸੰਘਰਸ਼ ਸੀ, ਚਾਹੇ ਗਰੇਲਾ ਲੜਾਈ ਸੀ, ਚਾਹੇ ਯੁੱਧ ਨੀਤਿਕ ਨੀਤੀ ਸੀ, ਅਤੇ ਜਾਂ ਫਿਰ ਕਲਮ ਦੀ ਜੰਗ ਸੀ। ਸਰਦਾਰ ਗਜਿੰਦਰ ਸਿੰਘ, ਮੈਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਦੋਂ ਸੋਚਦਾ ਅਤੇ ਅੱਜ ਮੈਂ ਛੇਵੇਂ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਭਾਈ ਜਵੰਦਾ ਜੀ ਬਾਰੇ ਪੜ੍ਹ ਰਿਹਾ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਦੇ ਵਾਸਤੇ ਜਾ ਰਹੇ ਨੇ, ਘੋੜੇ 'ਤੇ ਸਵਾਰ ਹੋਏ, ਕੁਝ ਸਿੰਘ ਨਾਲ ਨੇ, ਭਾਈ ਪਿਆਰਾ ਜੀ ਨਾਲ ਨੇ, ਭਾਈ ਲੰਗਾਹ ਜੀ ਨਾਲ ਨੇ, ਭਾਈ ਪਰਾਗਾ ਜੀ ਨਾਲ ਨੇ, ਪ੍ਰਾਣਾ ਜੀ ਨਾਲ ਨੇ, ਭਾਈ ਵਿਧੀ ਚੰਦ ਨਾਲ ਹੋਣਗੇ। ਸਾਰੇ ਸਿੰਘ ਤੁਰ ਲੱਗੇ, ਇੱਕ ਸਿੰਘ ਵੀ ਸ਼ਸਤਰ ਤਿਆਰੀ ਹੋ ਕੇ ਨਾਲ ਹੈ, ਉਸਦਾ ਨਾਮ ਹੈ ਭਾਈ ਜਵੰਦਾ। ਉਸਨੂੰ ਕਹਿੰਦੇ ਤੂੰ ਦਰਵਾਜ਼ੇ 'ਤੇ ਪਹਿਰਾ ਦੇਣਾ। ਹੁਣ ਉਹਦੇ ਅੱਗੋਂ ਸਵਾਲ ਨਹੀਂ ਹੈ ਵੀ ਪਾਤਸ਼ਾਹ ਤੁਸੀਂ ਜਾ ਰਹੇ ਹੋ, ਮੈਂ ਕਿਉਂ ਨਹੀਂ। ਗੱਲ ਹੁਕਮ ਮੰਨਣ ਦੀ ਹੈ, ਅਤੇ ਪਾਤਸ਼ਾਹ ਨੇ ਕਿਹਾ ਕੀ ਹੈ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੱਲ ਸਾਰੀ ਹੁਕਮ 'ਤੇ ਹੈ। ਹੁਣ ਗੁਰੂ ਦਾ ਹੁਕਮ ਹੈ ਤੂੰ ਇਸ ਜਗ੍ਹਾ 'ਤੇ ਪਹਿਰਾ ਦੇਣਾ। ਪਾਤਸ਼ਾਹ ਚਲੇ ਗਏ। ਹੁਣ ਉਹਨਾਂ ਸਮਿਆਂ ਦੇ ਵਿੱਚ ਜਦੋਂ ਜੰਗਲਾਂ 'ਚ ਪੜਾਅ ਕੀਤੇ ਜਾਂਦੇ ਸੀ ਅਤੇ ਕੋਈ ਇੱਕ ਦੋ ਘੰਟਿਆਂ ਦੀ ਖੇਡ ਨਹੀਂ ਸੀ ਹੁੰਦੀ, ਜਿਸ ਤਰ੍ਹਾਂ ਅਸੀਂ ਹੁਣ ਜਾਂਦੇ ਹਾਂ, ਕਿਸੇ ਸ਼ੂਟਿੰਗ ਕਲੱਬ ਚਲੇ ਗਏ, ਕਿਸੇ ਰੇਂਜ 'ਤੇ ਚਲੇ ਗਏ, ਫਾਇਰਿੰਗ ਕੀਤੀ, ਵਾਪਸ ਆ ਗਏ, ਉਂਝ ਨਹੀਂ ਸੀ। ਦਿਨ ਲੱਗ ਗਏ, ਦੋ ਦਿਨ ਸਿੱਖ ਉੱਥੇ ਖੜਾ, ਪਰਿਵਾਰ 'ਚੋਂ ਸੁਨੇਹੇ ਆਏ, ਘਰ ਦੇ ਵਿੱਚੋਂ ਬਿਮਾਰੀ ਦਾ ਸੁਨੇਹਾ ਵੀ ਹੋ ਸਕਦਾ, ਬਹਾਨਾ ਵੀ ਹੋ ਸਕਦਾ, ਅਤੇ ਸੱਚਮੁੱਚ ਪਰਿਵਾਰਕ ਸਮੱਸਿਆ ਵੀ ਹੋ ਸਕਦੀ ਹੈ। ਕਹਿੰਦਾ ਨਹੀਂ, ਗੁਰੂ ਕਹਿ ਕੇ ਗਿਆ ਸੀ ਇੱਥੇ ਖੜਨਾ, ਅਤੇ ਜਿੰਨਾ ਚਿਰ ਆ ਕੇ ਗੁਰੂ ਕਵੇ ਨਾ ਕਿ ਹੁਣ ਜਾ ਸਕਦਾ, ਜਾਂ ਤਾਂ ਗੁਰੂ ਨੇ ਕਿਹਾ ਹੁੰਦਾ ਇੰਨੇ ਪਹਿਰ ਇੱਥੇ ਖੜਨਾ, ਇੰਨਾ ਸਮਾਂ ਇੱਥੇ ਖੜਨਾ। ਗੁਰੂ ਨੇ ਕਿਹਾ ਹੈ ਕਿ ਤੂੰ ਇੱਥੇ ਖੜਨਾ, ਸਮਾਂ ਨਿਰਧਾਰਤ ਨਹੀਂ ਕੀਤਾ, ਮੇਰੇ ਵਾਸਤੇ ਹੁਕਮ ਹੈ। ਮੈਂ ਜਦੋਂ ਇਸ ਸਾਰੇ ਸੰਦਰਭ ਦੇ ਵਿੱਚ ਭਾਈ ਗਜਿੰਦਰ ਸਿੰਘ ਨੂੰ ਵੇਖਦਾ, ਅਤੇ ਸੱਚ ਜਾਣਿਓ ਵਿੱਦਿਅਕ ਅਦਾਰੇ ਦੇ ਵਿੱਚ ਰਹਿੰਦਿਆਂ ਉਹਨਾਂ ਨੇ ਕੌਮ ਦੇ ਉੱਪਰ ਹੋ ਰਹੇ ਬੌਧਿਕ ਹਮਲਿਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੀ ਕਵਿਤਾ ਦੇ ਵਿੱਚ ਸਮੇਂ ਦੀ ਇੱਕ ਪਰਿਵਾਰ ਦੇ ਕੋਲ ਰਾਜਨੀਤਿਕ ਸੱਤਾ ਦੀ ਵਿਚਾਰਧਾਰਾ ਨੂੰ ਕਿਵੇਂ ਪੇਸ਼ ਕਰਦੇ ਨੇ, ਔਰ ਉਹ ਐਨਾਲਾਈਜ਼ ਕਰਦੇ ਨੇ ਕਿ ਉਹ ਕੀ ਨੇ, ਅਤੇ ਜੇ ਨੁਕਸਾਨ ਹੋ ਰਿਹਾ ਤਾਂ ਅਸੀਂ ਕਿੱਥੇ ਖੜ੍ਹੇ। ਇਹੀ ਹੈ ਨਾ ਅੱਜ ਦੇ ਸਮੇਂ 'ਚ, ਜਿਹਨੂੰ ਤੁਸੀਂ ਜੇ ਵਾਰ ਦਾ ਜਿਹੜਾ ਆਰਟ ਹੈ, ਆਰਟ ਆਫ ਵਾਰ, ਜਿਹੜੀ ਸੈਨਜ਼ੂ ਦੀ ਕਿਤਾਬ ਹੈ, ਉਹਨੂੰ ਪੜ੍ਹੋਗੇ ਨਾ ਚਾਹੇਗਾ ਕਿ ਨੋ ਯੂਅਰ ਐਨਮੀ ਨੋ ਯੂਅਰ ਸੈਲਫ, ਦੁਸ਼ਮਣ ਕੀ ਕਰ ਰਿਹਾ ਉਹ ਵੀ ਪਤਾ ਹੋਣਾ ਚਾਹੀਦਾ, ਤੁਸੀਂ ਕੀ ਕਰ ਰਹੇ ਹੋ ਅਤੇ ਕੀ ਕਰ ਸਕਦੇ ਹੋ ਇਹ ਵੀ ਪਤਾ ਹੋਣਾ ਚਾਹੀਦਾ, ਜੰਗ ਜਿੱਤੀ ਜਾ ਸਕਦੀ ਹੈ। ਜੇ ਤੁਸੀਂ ਆਪਣੇ ਬਾਰੇ ਜਾਣਦੇ ਹੋ ਅਤੇ ਦੁਸ਼ਮਣ ਦੇ ਬਾਰੇ ਨਹੀਂ ਜਾਣਦੇ, ਜੰਗ ਸ਼ਾਇਦ ਜਿੱਤ ਸਕਦੇ ਹੋ ਪਰ ਉਹ ਸਥਾਪਤੀ ਨਹੀਂ ਹੋ ਸਕਦੀ। ਅਤੇ ਕਹਿੰਦਾ ਜੇ ਆਪਣੇ ਬਾਰੇ ਵੀ ਨਹੀਂ ਜਾਣਦੇ ਕਿ ਤੁਹਾਡੀ ਸਮਰੱਥਾ ਕੀ ਹੈ ਅਤੇ ਦੁਸ਼ਮਣ ਦੇ ਬਾਰੇ ਵੀ ਨਹੀਂ ਜਾਣਦੇ, ਤਾਂ ਫਿਰ ਜੰਗ ਲੜਨ ਦੇ ਬਾਰੇ ਸੋਚੋ ਹੀ ਨਾ। ਸੋ ਸਭ ਤੋਂ ਪਹਿਲਾਂ ਉਸ ਨੀਤੀ ਨੂੰ ਜਾਣਨਾ ਜ਼ਰੂਰੀ ਹੈ। ਛੇਵੇਂ ਪਾਤਸ਼ਾਹ ਨੀਤੀ ਨੂੰ ਜਾਣਦੇ ਲੱਗੇ ਜਾ ਕੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਪਹਿਲੀ ਜੰਗ, ਔਰ ਮੈਂ ਹੈਰਾਨ ਸੀ, ਤੁਸੀਂ ਸਾਰੇ ਵੀਰ, ਕਿਉਂਕਿ ਸਾਰੇ ਕਮ ਸੇ ਕਮ ਤੁਹਾਡੇ ਕੋਲ ਸਾਰਿਆਂ ਕੋਲ ਗੈਜ਼ਟ ਹੈਗੇ ਨੇ, ਕੋਈ ਘਰ ਪਰਿਵਾਰ ਇਹੋ ਜਿਹਾ ਨਹੀਂ ਜਿਹਦੇ 'ਚ ਆਈਫੋਨ ਨਾ ਹੋਵੇ ਘੱਟੋ ਘੱਟ। ਜਦੋਂ ਮੈਂ ਅੰਮ੍ਰਿਤਸਰ ਦੀ ਪਹਿਲੀ ਜੰਗ, ਮੈਂ ਸਿਰਫ ਇੱਕ ਹਵਾਲਾ ਦੇਣ ਲੱਗਾ, ਜਦੋਂ ਮੈਂ ਉਹਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ, ਤੁਸੀਂ ਹੈਰਾਨ ਹੋਵੋਗੇ ਕਿ ਸਿੱਖਾਂ ਤੋਂ ਪਹਿਲਾਂ ਉਸ ਜੰਗ ਦਾ ਜ਼ਿਕਰ ਇੱਕ ਅੰਗਰੇਜ਼ ਵਿਦਵਾਨ ਨੇ
ਇਨਸਾਈਕਲੋਪੀਡੀਆ ਆਫ ਬੈਟਲਸ ਕੀਤਾ ਹੈ। ਜਿੰਨਾ ਪਿਆਰਾ ਉਹਨੇ ਅਧਿਐਨ ਕੀਤਾ ਹੈ ਜਿਨ੍ਹਾਂ ਦੇ ਗੁਰੂ ਨੇ ਜੰਗ ਲੜੀ ਉਹਨਾਂ ਨੇ ਨਹੀਂ ਕੀਤਾ। ਅਸੀਂ ਉਨਾ ਪਿਆਰਾ ਅਧਿਐਨ ਨਹੀਂ ਕੀਤਾ ਉਸ ਜੰਗ ਦਾ। ਇੰਟਰਨੈਟ ਦੇ ਉੱਪਰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਪੜ੍ਹਿਓ, 3-4 ਵਾਲੀਅਮ ਨੇ ਉਹਦੇ 'ਚ। ਦੁਨੀਆ ਦੀਆਂ ਵੱਡੀਆਂ ਜੰਗਾਂ 'ਚ ਅੰਮ੍ਰਿਤਸਰ ਦੀ ਜੰਗ ਆਵੇਗੀ। ਉਸ ਜੰਗ ਦਾ ਆਧਾਰ ਜ਼ਮੀਨ 'ਤੇ ਕਬਜ਼ਾ ਨਹੀਂ ਹੈ, ਵਿਚਾਰਧਾਰਕ ਕਹਿਣੀ ਹੈ, ਵਿਚਾਰਧਾਰਾ ਨੂੰ ਸਮਝਣਾ ਅਤੇ ਉਹਦੇ 'ਤੇ ਕਾਇਮ ਰਹਿਣਾ। ਹੁਣ ਸਰਦਾਰ ਗਜਿੰਦਰ ਸਿੰਘ ਸਮਝਾਉਂਦੇ ਕਿਸ ਤਰ੍ਹਾਂ ਨੇ, ਕਹਿੰਦੇ ਕੋਈ ਗਾਂਧੀ, ਕੋਈ ਨਹਿਰੂ, ਕੋਈ ਨਹਿਰੂ ਦੀ ਧੀ ਹੈ, ਗੰਗੂਈ ਗੰਗੂ ਨੇ, ਹੋਰ ਇੱਥੇ ਕੀ ਹੈ। ਕਿੰਨੀ ਪਿਆਰੀ ਗੱਲ ਹੈ, ਇੱਕ ਪਰਿਵਾਰਕ ਵਿਚਾਰਧਾਰਾ। ਤੁਸੀਂ ਉਸ ਕਵਿਤਾ ਦੇ 4 ਸ਼ਬਦਾਂ ਦੇ ਦਾਇਰੇ 'ਚ ਉਹਨੂੰ ਸਮਝਦੇ ਹੋ ਕਿ ਇੱਕ ਗਾਂਧੀ ਕਹਿ ਰਿਹਾ ਹੈ ਕਿ ਦੇਸ਼ ਆਜ਼ਾਦ ਹੋ ਗਿਆ ਅਤੇ ਅੱਜ ਜਿਨ੍ਹਾਂ ਨੇ 80% ਸ਼ਹਾਦਤਾਂ ਦਿੱਤੀਆਂ ਨੇ ਉਹ ਵੀ ਆਪਣੇ ਇੱਕ ਵਧੀਆ ਆਜ਼ਾਦੀ ਦੇ ਨਿੱਘ ਨੂੰ ਮਾਣ ਸਕਣ, ਉਹਨਾਂ ਨੂੰ ਇੱਕ ਖਾਸ ਖਿੱਤਾ ਦਿੱਤਾ ਜਾਵੇਗਾ। ਫੈਡਰਲ ਸਟਰਕਚਰ ਦੀ ਗੱਲ ਨਹਿਰੂ ਕਹਿ ਰਿਹਾ ਹੈ, ਕਹਿੰਦਾ ਹੈ ਕਿ ਇਸ ਕੌਮ ਨੂੰ ਇੱਕ ਇਵੇਂ ਦੇ ਖੇਤਰ ਦੇ ਵਿੱਚ ਇਹਨਾਂ ਨੂੰ ਆਜ਼ਾਦੀ ਮਾਨਣ ਦੇ ਵਾਸਤੇ ਪੂਰਨ ਅਧਿਕਾਰ ਦਿੱਤੇ ਜਾਣਗੇ, ਖੁਦ ਮੁਖਤਿਆਰੀ ਦੀ ਗੱਲ। ਪਰ ਉਹਦੇ ਤੋਂ ਬਾਅਦ ਜਦੋਂ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਵਾਅਦੇ ਇਹ ਕੀਤੇ ਸੀ, ਤਾਂ ਫਿਰ ਸਾਡੇ ਕੋਲ ਜਵਾਬ ਕੀ ਉਹਨਾਂ ਦਾ, ਵੋ ਜ਼ਮਾਨੇ ਔਰ ਥੇ, ਜੇ ਜ਼ਮਾਨੇ ਔਰ ਹੈ। ਉਦੋਂ ਸਾਨੂੰ ਲੋੜ ਸੀ, ਉਦੋਂ ਸਾਨੂੰ ਲੋੜ ਸੀ, ਤੁਸੀਂ ਸ਼ਹਾਦਤਾਂ ਦੇਵੋ, ਤੁਸੀਂ ਜੇਲ੍ਹਾਂ 'ਚ ਜਾਓ, ਫਿਰ ਅਸੀਂ ਆਜ਼ਾਦੀ ਮਾਣ ਸਕਦੇ ਹਾਂ। ਹੁਣ ਅਸੀਂ ਆਜ਼ਾਦ ਹੈ, ਜਿਨ੍ਹਾਂ ਨੇ ਇਹੀ ਗੱਲ ਕਹੀ ਸੀ ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖਾਂ ਨੂੰ ਇਹੀ ਗੱਲ ਕਿਹਾ ਸੀ ਕਿ ਜਿਨ੍ਹਾਂ ਵਾਸਤੇ ਲੜ ਰਹੇ ਹੋ ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ, ਜਿੱਦਣ ਆਜ਼ਾਦ ਵੇਖੋਗੇ ਫਿਰ ਤੁਹਾਨੂੰ ਪਤਾ ਲਵੇਗਾ ਸੋਚ ਕੀ ਹੁੰਦੀ ਹੈ ਇਹਨਾਂ ਦੀ। ਖੈਰ, ਸਰਦਾਰ ਗਜਿੰਦਰ ਸਿੰਘ ਫਿਰ ਅਗਲੀ ਗੱਲ ਕਰਦੇ ਨੇ, ਕਹਿੰਦੇ ਇਹ ਉਹਨਾਂ ਦੀ ਵਿਚਾਰਧਾਰਾ ਹੈ, ਪਰ ਤੁਸੀਂ ਕਿਉਂ ਰੋਲ ਰਹੇ ਹੋ, ਤੁਸੀਂ ਕਿਸ ਗੱਲ ਨੂੰ ਨਹੀਂ ਸਮਝ ਰਹੇ। ਉਹ ਫਿਰ ਅਗਲੀ ਗੱਲ ਕਰਦੇ ਨੇ ਜਿੱਥੇ ਨੋ ਯੂਅਰ ਸੈਲਫ ਐਂਡ ਨੋ ਯੂਅਰ ਐਨਮੀ ਦੀ ਗੱਲ ਆਉਂਦੀ ਹੈ। ਬੜੀ ਪਿਆਰੀ ਗੱਲ, ਕਹਿੰਦੇ ਅੱਜ ਮੈਂ ਲਾਲ ਕਿਲ੍ਹੇ ਦੇ ਕੋਲੋਂ ਲੰਘਿਆ, ਅੱਜ ਮੈਂ ਲਾਲ ਕਿਲ੍ਹੇ ਦੇ ਕੋਲੋਂ ਲੰਘਿਆ, ਉਸਨੇ ਸਿਰ ਨਹੀਂ ਝੁਕਾਇਆ। ਮੈਂ ਸੋਚਿਆ ਸ਼ਾਇਦ ਇਸ ਨੂੰ ਅਦਾਬ ਰਿਸਪੈਕਟ ਕਰਨ ਦਾ ਤਰੀਕਾ ਭੁੱਲ ਗਿਆ, ਮੈਂ ਸੋਚਿਆ ਸ਼ਾਇਦ ਇਸ ਨੂੰ ਅਦਾਬ ਭੁੱਲ ਗਿਆ, ਪਰ ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ। ਇਹ ਬਹੁਤ ਵੱਡੀ ਗੱਲ ਹੈ ਕਿ ਜੇਕਰ ਰਾਜ ਸੱਤਾ ਤੁਹਾਡੇ ਅੱਗੇ ਨਹੀਂ ਝੁੱਕ ਰਹੀ ਤਾਂ ਕਿਤੇ ਨਾ ਕਿਤੇ ਆਤਮ ਚਿੰਤਨ ਵੀ ਕਰਨਾ ਪਵੇਗਾ ਕਿ ਅਸੀਂ ਵੀ ਬਘੇਲ ਸਿੰਘ ਦੇ ਵਾਰਸ ਨਹੀਂ ਰਹੇ। ਸੋ ਇੱਕ ਕਵਿਤਾ ਦੇ ਵਿੱਚ ਇੱਕ ਰਾਜ ਸੱਤਾ ਨੂੰ ਨਿਸ਼ਾਨਾ ਬਣਾ ਕੇ ਇੰਨਾ ਵੱਡਾ ਬਿੰਬ ਸਿਰਜਣਾ ਅਤੇ ਆਪਣੀ ਹਾਲਾਤ ਨੂੰ ਆਪਣੇ ਪੁਰਾਤਨ ਨਾਇਕਾਂ ਦੇ ਜੀਵਨ ਦੇ ਵਿੱਚੋਂ ਲੈ ਕੇ ਬਿਆਨ ਕਰਨਾ ਕਿ ਜੇ ਸੱਤਾ ਨਹੀਂ ਝੁੱਕ ਰਹੀ ਤਾਂ ਬਘੇਲ ਸਿੰਘ ਵਾਲੇ ਗੁਣ ਤੁਹਾਡੇ 'ਚ ਵੀ ਨਹੀਂ ਰਹੇ। ਹੁਣ ਬਘੇਲ ਸਿੰਘ 'ਚ ਗੁਣ ਕਿਹੜੇ ਸੀ? ਬਘੇਲ ਸਿੰਘ ਡਿਪਲੋਮੈਟਿਕ ਤੌਰ 'ਤੇ ਉਹਦੀ ਗੱਲਬਾਤ ਦਾ ਤਰੀਕਾ ਵੇਖੋ। ਜਦੋਂ ਉਹ ਦਿੱਲੀ ਦੇ ਵਿੱਚ ਸਾਰੇ ਇਲਾਕੇ ਨੂੰ ਫਤਿਹ ਕਰਦਾ ਅਤੇ ਉਸ ਸਮੇਂ ਦੀ ਰਾਜ ਸੱਤਾ ਦੇ ਨਾਲ ਸਮਰੂ ਬੇਗਮ ਤੱਕ ਮੁਹੰਮਦ ਸ਼ਾਹ ਤੋਂ ਲੈ ਕੇ ਉਹਦੀ ਜਿਹੜੀ ਗੱਲਬਾਤ ਜਿਹੜੇ ਡਾਇਲੋਗਸ ਨੇ ਨਹੀਂ ਅਸੀਂ ਪੜ੍ਹਦੇ। ਗੁਰਦੁਆਰਿਆਂ ਦੀ ਸੇਵਾ ਜਦੋਂ ਕਰਵਾਉਂਦਾ ਹੈ, ਇਕੱਲੇ ਇਕੱਲੇ ਗੁਰਦੁਆਰੇ ਦੀ ਨਿਸ਼ਾਨਦੇਹੀ ਕਰਨੀ ਅਤੇ ਦਿੱਲੀ ਦੇ ਵਿੱਚ ਸਾਰੇ ਗੁਰਦੁਆਰੇ ਜਿਹੜੇ ਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸਿੱਖਾਂ ਦੇ ਵਾਸਤੇ ਤੀਰਥ ਸਥਾਨ ਦੇ ਰੂਪ 'ਚ ਸਥਾਪਿਤ ਕਰਨੀ, ਉਹਦਾ ਉੱਥੇ ਨੀਤੀ ਵੇਖੋ। ਸੋ ਸਾਡੇ 'ਚ ਦੋਵੇਂ ਗੱਲਾਂ ਨਹੀਂ ਰਹਿ ਗਈਆਂ, ਨਾ ਭਵਿੱਖ ਦੀ ਸੋਚ, ਨਾ ਅੱਜ ਦਾ ਚਿੰਤਨ, ਅਤੇ ਨਾ ਸਾਡੇ ਵਿੱਚ ਬਘੇਲ ਸਿੰਘ ਵਰਗਾ ਦ੍ਰਿੜਤਾ ਦਾ ਗੁਣ। ਸੋ ਇਹ ਗੱਲ ਜਦੋਂ ਗਜਿੰਦਰ ਸਿੰਘ ਕਹਿੰਦੇ ਨੇ ਤਾਂ ਮੈਂ ਸੋਚਦਾ ਕਿ ਇਹ ਉਸ ਗੱਲ ਦੇ ਉੱਪਰ ਕਿੰਨੇ ਟਿਕੇ ਹੋਏ ਨੇ। ਪਰਿਵਾਰਕ ਸਮੱਸਿਆਵਾਂ ਬੰਦੇ ਦੇ ਵਾਸਤੇ ਕਈ ਵਾਰੀ ਸਮੱਸਿਆ ਖੜੀ ਕਰ ਦਿੰਦੀਆਂ।
ਪਰਿਵਾਰਕ ਸਮੱਸਿਆਵਾਂ, ਇੱਕ ਚੰਗਾ ਲੀਡਰ ਵੀ ਹੋਵੇ ਨਾ ਅਤੇ ਉਹਦਾ ਜਿਹੜਾ ਪਰਿਵਾਰ ਹੈ ਜੇਕਰ ਉਹਦੇ ਗੁਣਾਂ 'ਚ ਦਖਲ ਅੰਦਾਜ਼ੀ ਦੇਣੀ ਸ਼ੁਰੂ ਕਰ ਦੇਵੇ ਉਹਦੇ ਗੁਣ ਮੁੱਕ ਜਾਂਦੇ ਨੇ। ਮੈਂ ਸਰਦਾਰ ਗਜਿੰਦਰ ਸਿੰਘ ਦਾ ਜਦੋਂ ਜੀਵਨ ਵੇਖਿਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ, ਉਹਨਾਂ ਦੇ ਰੋਸ ਦੇ ਵਜੋਂ ਭਾਈ ਗਜਿੰਦਰ ਸਿੰਘ ਹੁਣੀ ਜਹਾਜ਼ ਅਗਵਾ ਕਰਕੇ ਲੈ ਗਿਆ ਪਾਕਿਸਤਾਨ ਦੇ ਵਿੱਚ। ਸਰਦਾਰ ਸਤਨਾਮ ਸਿੰਘ, ਸਰਦਾਰ ਕਰਨ ਸਿੰਘ, ਸਰਦਾਰ ਤਜਿੰਦਰਪਾਲ ਸਿੰਘ, ਸਰਦਾਰ ਗਜਿੰਦਰ ਸਿੰਘ ਉੱਥੋਂ ਦੀ ਜੇਲ੍ਹ ਦੇ ਵਿੱਚ ਲੰਬਾ ਸਮਾਂ ਜੇਲ੍ਹ 'ਚ ਗੁਜ਼ਾਰਿਆ ਅਤੇ ਉਹਨਾਂ ਦੀ ਪਤਨੀ ਬੀਬੀ ਮਨਜੀਤ ਕੌਰ ਉਹਨਾਂ ਕੋਲ ਉੱਥੇ ਗਏ। ਬੜੇ ਬਿਮਾਰ ਸੀ ਜਦੋਂ ਬੀਬੀ ਮਨਜੀਤ ਕੌਰ ਮੈਨੂੰ ਜਰਮਨੀ ਦੇ ਵਿੱਚ ਮਿਲੇ, ਲੰਬਾ ਸਮਾਂ ਬੀਤ ਗਿਆ। ਮੈਂ ਵੇਖਿਆ ਕਿ ਸਰੀਰਕ ਤੌਰ 'ਤੇ ਬੜੇ ਬਿਮਾਰ ਨੇ, ਗੋਡਿਆਂ ਨੂੰ ਪੀੜਾਂ, ਪੈਰਾਂ ਨੂੰ ਸੋਜ ਪਈ ਹੈ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਡਾਇਬਿਟਿਕ ਨੇ, ਬਹੁਤ ਸਾਰੀਆਂ ਪ੍ਰੋਬਲਮ ਨੇ, ਔਰ ਇਹਦੇ ਬਾਵਜੂਦ ਜਿਹੜੀ ਮੈਂ ਉਹਨਾਂ ਦੀ ਚੜ੍ਹਦੀ ਕਲਾ ਵੇਖੀ ਉਹ ਬੜੀ ਵੱਖਰੀ ਸੀ। ਉਹਨਾਂ ਨੂੰ ਸੰਘਰਸ਼ 'ਤੇ ਮਾਣ ਸੀ, ਆਪਣੇ ਪਤੀ 'ਤੇ ਮਾਣ ਸੀ। ਇਹ ਹੁੰਦਾ ਕਿ ਜਦੋਂ ਪਰਿਵਾਰ ਜਿਹੜਾ ਉਹ ਤੁਹਾਡਾ ਸਾਥ ਦਿੰਦਾ, ਉਹ ਵੀ ਪਾਕਿਸਤਾਨ ਚਲੇ ਗਏ ਸ਼ੁਰੂਆਤੀ ਦਿਨਾਂ 'ਚ, ਉੱਥੇ ਜਾ ਕੇ ਬਿਮਾਰ ਹੋ ਗਏ, ਇਲਾਜ ਦਾ ਕੋਈ ਸਾਧਨ ਨਹੀਂ ਸੀ। ਇੱਥੇ ਤੁਹਾਡੇ ਅਮਰੀਕਾ ਦੇ ਕੁਛ ਵੀਰਾਂ ਨੇ ਕਿਹਾ ਕਿ ਇਹਨਾਂ ਨੂੰ ਅਮਰੀਕਾ ਲੈ ਆਓ, ਅਸੀਂ ਇਹਨਾਂ ਦਾ ਇਲਾਜ ਕਰਵਾ ਸਕਦੇ ਹਾਂ। ਜਦੋਂ ਅਮਰੀਕਾ ਲਿਆਉਣ ਦੇ ਬਾਰੇ ਸੋਚਿਆ ਗਿਆ, ਕੋਈ ਸਮੱਸਿਆ ਆਈ ਤਾਂ ਇੱਕ ਸਮੱਸਿਆ ਇਹ ਆਈ ਕਿ ਜਿਹੜਾ ਬੰਦਾ ਇੱਥੋਂ ਦਾ ਨਾਗਰਿਕ ਨਹੀਂ ਹੈ ਉਹਦਾ ਇਲਾਜ ਇੱਥੇ ਬਹੁਤ ਮਹਿੰਗਾ ਹੈ। ਕਨੇਡਾ 'ਚ ਫ੍ਰੀ ਹੈ, ਕਨੇਡਾ ਭੇਜ ਦਿੱਤਾ ਗਿਆ। ਬੱਚੀ ਬਹੁਤ ਛੋਟੀ ਸੀ, ਵਿਕਰਮ, ਹੁਣ ਇੰਗਲੈਂਡ ਰਹਿ ਰਹੇ ਨੇ, ਮੈਂ ਉਹਨਾਂ ਨੂੰ ਮਿਲਿਆ ਵੀ ਹਾਂ। ਬੱਚੀ ਦੇ ਨਾਲ ਕੈਨੇਡਾ ਆ ਗਏ। ਹੁਣ ਕੁਦਰਤਨ ਸਰਦਾਰ ਗਜਿੰਦਰ ਸਿੰਘ ਨੇ ਜਿਹੜਾ ਕਾਰਨਾਮਾ ਕੀਤਾ, ਕੇਸ ਤਾਂ ਪੋਲੀਟੀਕਲ ਅਸਾਈਲਮ ਦਾ ਲੱਗਣਾ ਸੀ, ਰਾਜਨੀਤਿਕ ਸ਼ਰਨ ਦਾ ਕੇਸ, ਕੈਨੇਡਾ ਦੀ ਗੌਰਮੈਂਟ ਨੇ ਡਿਪੋਰਟ ਕਰ ਦਿੱਤਾ ਫਿਰ ਵਾਪਸ। ਬੱਚੀ ਉੱਥੇ ਪੜ੍ਹਨੇ ਪਾਈ ਸੀ, ਫਿਰ ਵਾਪਸ। ਫਿਰ ਸੋਚਿਆ ਗਿਆ ਕਿ ਅਮਰੀਕਾ ਬੁਲਾ ਲਿਆ ਜਾਵੇ। ਕੈਲੀਫੋਰਨੀਆ ਦੇ ਕੁਝ ਸਿੰਘ ਉਦਮ ਉਪਰਾਲਾ ਕੀਤਾ, ਮਾਂ ਬੇਟੀ ਨੂੰ ਅਮਰੀਕਾ ਬੁਲਾ ਲਿਆ, ਇੱਥੇ ਵੀ ਲੰਬਾ ਚਿਰ ਕੇਸ ਲਿਆ ਅਤੇ ਇੱਥੋਂ ਵੀ ਡਿਪੋਰਟ। ਫਿਰ ਉੱਥੇ ਫਿਰ ਸੋਚਿਆ ਕਿ ਬੇਟੀ ਜਿਹੜੀ ਇੱਥੇ ਪੜ੍ਹ ਰਹੀ ਸੀ, ਬੇਟੀ ਨੂੰ ਨਾ ਭੇਜਿਆ ਜਾਵੇ, ਕੁਛ ਵੀ ਹੋ ਸਕੇ। ਮਾਤਾ ਜੀ ਚਲੇ ਗਏ, ਬੇਟੀ ਉੱਥੇ। ਉਹਦੇ ਤੋਂ ਬਾਅਦ ਜਾ ਕੇ ਫਿਰ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਜਦੋਂ ਪਾਕਿਸਤਾਨ ਗਏ, ਅਮਰੀਕਾ ਤੋਂ ਡਿਪੋਰਟ ਹੋ ਗਏ। ਫਿਰ ਇਲਾਜ ਦਾ ਕੋਈ ਸਾਧਨ ਨਹੀਂ, ਪਤਾ ਲੱਗਾ ਕਿ ਜਰਮਨ ਦੇ ਵਿੱਚ ਜੇ ਕੋਈ ਪੋਲੀਟੀਕਲ ਸ਼ਰਨ ਲੈਂਦਾ ਇਲਾਜ ਹੋ ਸਕਦਾ। ਜਰਮਨ ਚਲੇ ਗਏ। ਹੁਣ ਪਰਿਵਾਰ ਦੇ ਹਾਲਾਤ ਵੇਖੋ, ਮਾਂ ਭਾਰਤ ਦੇ ਵਿੱਚ, ਬੇਟੀ ਅਮਰੀਕਾ ਦੇ ਵਿੱਚ, ਬਾਪ ਪਾਕਿਸਤਾਨ ਦੇ ਵਿੱਚ, ਪਤਨੀ ਜਰਮਨੀ ਦੇ ਵਿੱਚ। ਮੈਂ ਇਸ ਕਰਕੇ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਕਿ ਇੰਨੀਆਂ ਜ਼ਿਆਦੀਆਂ ਪਰਿਵਾਰਕ ਸਮੱਸਿਆ ਦੇ ਅਨੁਸਾਰ ਵੀ ਉਹ ਬੰਦਾ ਮਾਨਸਿਕ ਤੌਰ 'ਤੇ ਟੁੱਟਿਆ ਨਹੀਂ, ਕਿਤੇ ਨਹੀਂ ਟੁੱਟਿਆ। ਕੌਮ ਦੇ ਵਿੱਚ ਜਿਹੜਾ ਵੀ ਵਰਤਾਰਾ ਵਾਪਰਦਾ ਰਿਹਾ ਤਕਰੀਬਨ 80 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ, ਕਿਸਾਨ ਸੰਘਰਸ਼ ਤੱਕ, ਦੀਪ ਸਿੱਧੂ ਤੱਕ, ਜਦੋਂ ਦੀਪ ਦੀ ਇੱਕ ਸਾਰਾ ਘਟਨਾ ਵਾਪਰੀ 26 ਜਨਵਰੀ ਵਾਲੀ, ਤਾਂ ਮੈਨੂੰ ਅਤੇ ਦੀਪ ਨੂੰ ਇੰਝ ਲੱਗਦਾ ਸੀ ਕਿ ਹੁਣ ਅਸੀਂ ਸ਼ਾਇਦ ਕਿਤੇ ਕੌਮ ਦੇ ਸਾਹਮਣੇ ਬੋਲ ਹੀ ਨਹੀਂ ਸਕਾਂਗੇ। ਸਾਰੀਆਂ ਜਥੇਬੰਦੀਆਂ, ਸਾਰਾ ਮੀਡੀਆ ਟੋਟਲੀ ਸਾਡੇ ਖਿਲਾਫ। ਮੈਂ ਜਦੋਂ ਬਾਹਰ ਨਿਕਲਿਆ ਤਾਂ ਵੱਡੇ ਵੱਡੇ ਪੋਸਟਰ ਲਾਏ ਸੀ, ਔਰ ਪੋਸਟਰ ਇੱਥੋਂ ਕੈਲੀਫੋਰਨੀਆ ਤੋਂ ਛਪ ਕੇ ਗਏ ਸੀ। ਮੈਂ ਉਸ ਬੰਦੇ ਦਾ ਨਾਂ ਦੱਸ ਦਿੰਦਾ, ਉਹਦੇ ਵਾਇਸ ਮੈਸੇਜ ਗਏ, ਇਹ ਗਦਾਰ ਨੇ, ਖਾਲਿਸਤਾਨੀ ਨੇ, ਮੇਰੀ, ਦੀਪ ਦੀ, ਸਰਦਾਰ ਅਜਮੇਰ ਸਿੰਘ ਦੀ ਫੋਟੋ ਲਾ ਕੇ ਕਿ ਇਹ ਖਾਲਿਸਤਾਨੀ ਲੋਕ ਨੇ, ਬਾਈਕਾਟ ਕੀਤਾ ਜਾਵੇ। ਇਹ ਸਾਰੇ ਇੱਥੋਂ ਤੱਕ ਕੇਵਲ ਕਿਸਾਨ ਮੋਰਚੇ ਦੇ ਵਿੱਚ ਨਹੀਂ, ਪਟਿਆਲਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਪੋਸਟਰ ਲੱਗੇ ਹੋਏ ਸੀ, ਇੱਥੋਂ ਪੜ੍ਹ ਕੇ ਗਏ।
ਇਹਦਾ ਮਤਲਬ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਅਸੀਂ ਇੰਨੇ ਆਪਣੇ ਆਪ ਨੂੰ ਟੁੱਟੇ ਮਹਿਸੂਸ ਕਰ ਰਹੇ ਸੀ, ਅਤੇ ਸਰਦਾਰ ਗਜਿੰਦਰ ਸਿੰਘ ਸਾਰੇ ਵਰਤਾਰੇ ਦੇ ਉੱਪਰ ਬੜੀਆਂ ਪਿਆਰੀਆਂ ਕਵਿਤਾ ਲਿਖ ਰਹੇ ਸੀ। ਸੋ ਮੇਰਾ ਕਹਿਣ ਤੋਂ ਭਾਵ ਸੀ ਕਿ ਜਿਸ ਤਰ੍ਹਾਂ ਦੇ ਨਾਲ ਦ੍ਰਿੜਤਾ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਜੀਵਿਆ, ਅਤੇ ਅੱਜ ਉਹ ਬੇਸ਼ੱਕ ਸੰਸਾਰ ਤੋਂ ਚਲੇ ਗਏ ਨੇ, ਪਰ ਉਹਨਾਂ ਦੀ ਜ਼ਿੰਦਗੀ 'ਚ ਇੱਕ ਸਿੱਖਿਆ ਜ਼ਰੂਰ ਮਿਲਦੀ ਹੈ ਕਿ ਜੇਕਰ ਕੌਮੀ ਸੰਘਰਸ਼ ਦੇ ਵਿੱਚ ਪੈਰ ਧਰਨਾ ਤਾਂ ਪਰਿਵਾਰਕ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲਾਂਭੇ ਰੱਖਣੀਆਂ ਪੈਣ। ਈਵਨ ਪਰਿਵਾਰ ਨੂੰ ਸਾਰੇ ਵਰਤਾਰੇ 'ਚੋਂ ਲਾਂਭੇ ਰੱਖਣਾ ਪਵੇਗਾ। ਜੇ ਇਸ ਸਾਰੇ ਕੌਮੀ ਸੰਘਰਸ਼ ਦੇ ਵਰਤਾਰੇ ਦੇ ਵਿੱਚ ਪਰਿਵਾਰ ਤੁਹਾਡੇ 'ਤੇ ਹਾਵੀ ਹੁੰਦਾ ਹੈ, ਤਾਂ ਫਿਰ ਤੁਸੀਂ ਇਸ ਸੰਘਰਸ਼ ਨੂੰ ਲੜ ਨਹੀਂ ਸਕਦੇ। ਸਰਦਾਰ ਗਜਿੰਦਰ ਸਿੰਘ ਦੇ ਜੀਵਨ 'ਚੋਂ ਇਹ ਸਿੱਖਣਾ ਚਾਹੀਦਾ। ਸੋ ਗੱਲ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਬਾਰੇ ਕਰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਸਾਡੇ ਵਾਸਤੇ ਅੱਜ ਦੇ ਸਮੇਂ 'ਚ ਪੂਰਨੇ ਪਾਏ ਨੇ, ਬੜੇ ਵਿਲੱਖਣ ਨੇ। ਔਰ ਸਭ ਤੋਂ ਵੱਡੀ ਗੱਲ ਕਿ ਮੈਂ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਬਾਰੇ ਪੜ੍ਹਦਾ, ਉਹਨਾਂ ਦਾ ਜਿਹੜਾ ਸਮਝਾਉਣ ਦਾ ਤਰੀਕਾ ਹੈ ਉਹ ਮੈਨੂੰ ਕਿਤੇ ਹੋਰ ਨਹੀਂ ਲੱਭਿਆ। ਜਿਹੜਾ ਕਿਸੇ ਗੱਲ ਨੂੰ ਸਮਝਾਉਣ ਦਾ ਤਰੀਕਾ ਹੈ, ਸੰਸਾਰ 'ਚੋਂ ਕੋਈ ਚਲਾ ਜਾਂਦਾ, ਕੁਦਰਤਨ ਦੁੱਖ ਹਰ ਇੱਕ ਨੂੰ ਹੁੰਦਾ ਹੈ, ਵਿਯੋਗ ਦਾ ਹੁੰਦਾ, ਵਿਛੋੜੇ ਦਾ ਹੁੰਦਾ, ਪਿਆਰ ਟੁੱਟ ਜਾਂਦਾ, ਮੋਹ ਦੀਆਂ ਤੰਦਾਂ ਹੁੰਦੀਆਂ ਨੇ, ਕਈ ਵਾਰੀ ਜਾਣ ਵਾਲੇ ਦੀ ਮੌਤ ਦਰਦਨਾਕ ਹੁੰਦੀ ਹੈ ਜਿਹੜੀ ਮਨ ਨੂੰ ਪ੍ਰਭਾਵਿਤ ਕਰਦੀ ਹੈ, ਕਈ ਵਾਰੀ ਉਮਰ ਪ੍ਰਭਾਵਿਤ ਕਰਦੀ ਹੈ ਕਿਉਂਕਿ ਛੋਟੀ ਉਮਰ ਚਲਾ ਗਿਆ, ਦੁਖੀ ਅਸੀਂ ਹੁੰਦੇ। ਬਾਬਾ ਅਟਲ ਅਜੇ ਜਵਾਨੀ 'ਚ ਪੈਰ ਧਰ ਰਹੇ ਨੇ ਅਕਾਲ ਚਲਾਣਾ ਕਰਕੇ। ਗੁਰੂ ਸਾਹਿਬ ਦਾ ਸਾਂਢੂ ਸੀ ਭਾਈ ਸਾਈਂ ਦਾਸ, ਡਰੋਲੀ ਪਿੰਡ 'ਚ ਰਹਿਣ ਵਾਲੇ, ਕੁਦਰਤਨ ਸਾਲੀ ਦਾ ਸਾਂਢੂ ਦਾ ਬੇਟਾ ਅਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਅਫਸੋਸ ਕਰਨ ਵਾਸਤੇ ਤਾਂ ਆਉਣਾ ਸੀ। ਜਦੋਂ ਮਾਤਮ ਪੁਰਸ਼ੀ ਵਾਸਤੇ ਆਏ ਨੇ, ਪੁੱਤ ਦੀ ਲਾਸ਼ ਜੇ ਘਰ 'ਚ ਹੈ, ਜਿਸ ਦਿਨ ਸੰਸਕਾਰ ਹੋਣਾ, ਦੀਵਾਨ ਲੱਗਾ ਹੋਇਆ, ਪਾਤਸ਼ਾਹ ਸ਼ਬਦ ਦੀ ਕਥਾ ਕਰ ਰਹੇ ਨੇ, ਸੰਸਕਾਰ ਤੋਂ ਬਾਅਦ ਵੀ ਸ਼ਬਦ ਦੀ ਕਥਾ ਹੋ ਰਹੀ ਹੈ। ਹੁਣ ਸਾਈਂ ਦਾਸ ਦੇ ਮਨ 'ਚ ਇੱਕ ਗੱਲ ਆਈ ਕਿ ਘਰ ਦੇ ਵਿੱਚ ਇਸ ਤਰ੍ਹਾਂ ਦੇ ਪੁੱਤਰ ਦੀ ਮੌਤ, ਅਤੇ ਗੁਰੂ ਪਾਤਸ਼ਾਹ ਦੇ ਮਨ ਦੇ 'ਚ ਕੋਈ ਰੰਜ ਨਾ, ਮਲਾਲ ਨਾ, ਸਦਮਾ, ਅਤੇ ਨਾ ਹੀ ਜਿਹੜਾ ਨਿਤਾ ਪ੍ਰਤੀ ਦਾ ਸੰਗਤ ਦਾ ਰੁਝਾਨ ਹੈ, ਨਾ ਉਹਦੇ 'ਤੇ ਕੋਈ ਅਸਰ। ਜੋ ਹੋ ਰਿਹਾ ਰੋਜ਼ ਉਹ ਹੋ ਰਿਹਾ, ਜਿਸ ਤਰ੍ਹਾਂ ਦੀਵਾਨ ਲੱਗਦੇ ਸੀ ਲੱਗ ਰਹੇ, ਜਿਸ ਤਰ੍ਹਾਂ ਨਿਤਨੇਮ ਹੁੰਦਾ ਸੀ ਰੋਜ਼ ਹੋ ਰਿਹਾ, ਸ਼ਸਤਰ ਵਿੱਦਿਆ ਸਿਖਾਈ ਜਾ ਰਹੀ, ਸਭ ਕੁਝ ਹੋ ਰਿਹਾ, ਕਿਸੇ ਵੀ ਚੀਜ਼ ਦਾ ਉੱਪਰ ਕੋਈ ਪ੍ਰਭਾਵ ਨਹੀਂ ਰਿਹਾ ਨਾ ਗਿਆ। ਸਾਈਂ ਦਾਸ ਤੋਂ ਇਹਨੂੰ ਇੱਕ ਸਵਾਲ ਕਰ ਹੀ ਦਿੱਤਾ, ਕਹਿੰਦਾ ਪਾਤਸ਼ਾਹ ਜਵਾਨ ਪੁੱਤਰ ਦੀ ਮੌਤ, ਮੈਂ ਵੇਖ ਰਿਹਾ ਤੁਹਾਡੇ ਮਨ ਦੇ ਉੱਪਰ ਕੋਈ ਸਦਮਾ ਨਹੀਂ, ਕੋਈ ਸੋਗ ਨਹੀਂ, ਕੋਈ ਚਿੰਤਾ ਨਹੀਂ, ਕੋਈ ਰੰਜ ਨਹੀਂ, ਕੋਈ ਮਲਾਲ ਨਹੀਂ। ਬੜੇ ਸਹਿਜ ਦੇ ਵਿੱਚ ਮੁਸਕਰਾ ਕੇ ਆਪਣੇ ਗਾਤਰੇ ਦੇ ਵਿੱਚ ਪਾਈ ਵੱਡੀ ਮਿਆਨ ਦੀ ਸ਼ਮਸ਼ੀਰ ਦੇ ਮਿਆਨ ਦੇ ਨਾਲ ਜ਼ਮੀਨ ਦੇ ਉੱਪਰ ਇੱਕ ਲਕੀਰ ਖਿੱਚ ਦਿੱਤੀ, ਲਾਈਨ ਖਿੱਚ ਦਿੱਤੀ। ਕਹਿੰਦੇ ਸਾਈਂ ਦਾਸ ਮੈਂ ਇਹ ਲਕੀਰ ਖਿੱਚੀ ਹੈ, ਤੈਨੂੰ ਕੋਈ ਖੁਸ਼ੀ ਹੋਈ? ਪਾਤਸ਼ਾਹ ਤੁਹਾਡੀ ਸ਼ਮਸ਼ੀਰ, ਤੁਸੀਂ ਲਕੀਰ ਖਿੱਚ ਦਿੱਤੀ, ਇਹ 'ਚ ਖੁਸ਼ੀ ਤਾਂ ਗਮ ਵਾਲੀ ਕੋਈ ਗੱਲ ਨਹੀਂ। ਪੈਰ ਦੇ ਨਾਲ ਉਸ ਲਕੀਰ ਨੂੰ ਮਿਟਾ ਦਿੱਤਾ। ਕਹਿੰਦੇ ਮੈਂ ਲਕੀਰ ਨੂੰ ਮਿਟਾ ਦਿੱਤਾ, ਕੋਈ ਦੁੱਖ ਤਾਂ ਨਹੀਂ ਹੋਇਆ? ਕਹਿੰਦਾ ਪਾਤਸ਼ਾਹ ਤੁਸੀਂ ਬਣਾਈ ਸੀ, ਤੁਸੀਂ ਮਿਟਾ ਦਿੱਤੀ, ਇਹ 'ਚ ਖੁਸ਼ੀ ਅਤੇ ਦੁੱਖ ਵਾਲੀ ਕਿਹੜੀ ਗੱਲ ਹੈ? ਪਾਤਸ਼ਾਹ ਕਹਿੰਦੇ ਬਸ ਫਿਰ ਇਹੀ ਜੀਵਨ ਹੈ। ਅਟਲ ਰਾਏ ਨੂੰ ਅਕਾਲ ਪੁਰਖ ਨੇ ਦਿੱਤਾ ਸੀ, ਅਕਾਲ ਪੁਰਖ ਨੇ ਲੈ ਲਿਆ। ਜਦੋਂ ਦਿੱਤਾ ਸੀ ਮੇਰਾ ਮਨ ਉਦੋਂ ਵੀ ਇਸੇ ਅਵਸਥਾ 'ਚ ਸੀ, ਉਦੋਂ ਵੀ ਇਸੇ ਸਾਈਜ਼ ਦੇ ਵਿੱਚ ਸੀ, ਅੱਜ ਉਹ ਚਲਾ ਗਿਆ ਤਾਂ ਵੀ ਉਸੇ ਸਾਈਜ਼ ਦੇ ਵਿੱਚ ਹੈ, ਕਿਉਂਕਿ ਜਾਣਾ ਸੀ ਸਾਰਿਆਂ ਹੀ ਆ, ਸਭਨਾ ਸਹੁਰੇ ਵੰਜਣਾ ਸਭ ਮੁਕਲਾ ਮਨਹਾਰ, ਕਿਸੇ ਨੇ ਵੀ ਨਹੀਂ ਰਹਿਣਾ। ਪਰ ਜਿਸ ਤਰ੍ਹਾਂ ਪਾਤਸ਼ਾਹ ਨੇ ਸਮਝਾਇਆ ਕਿ ਸਭਨਾ ਸਹੁਰੇ ਵੰਜਣਾ ਸਭ ਮੁਕਲਾ ਮਨਹਾਰ, ਔਰ ਉਹ ਵੀ ਪੁੱਤਰ ਦੀ ਮੌਤ ਦੇ ਉੱਪਰ, ਇਹ ਖਿਆਲ ਰੱਖਿਓ
ਕਿਸੇ ਦੂਸਰੇ ਦੀ ਮੌਤ ਦੇ ਉੱਪਰ ਉਪਦੇਸ਼ ਦੇਣੇ ਬਹੁਤ ਸੌਖੇ ਹੁੰਦੇ ਨੇ। ਕਿਸੇ ਦੂਸਰੇ ਦੀ ਮੌਤ ਦੇ ਉੱਪਰ ਭੋਗ 'ਤੇ ਜਾ ਕੇ ਸਟੇਜ 'ਤੇ ਬੋਲਣਾ ਬਹੁਤ ਸੌਖਾ ਹੁੰਦਾ। ਪੰਜਾਬ ਦੀ ਲੋਕਧਾਰਾ ਦੇ ਵਿੱਚ ਇੱਕ ਨਾ ਛੋਟੀ ਜਿਹੀ ਗੱਲ ਆਉਂਦੀ ਹੈ, ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਕੋਈ ਬੰਦਾ ਸੀ ਅਤੇ ਜਦੋਂ ਕਿਸੇ ਦੀ ਮੌਤ ਹੋ ਜਾਣੀ ਨਾ, ਉਹਨੇ ਜਦੋਂ ਨਾਲ ਲੈ ਕੇ ਜਾਣਾ ਜਨਾਜ਼ੇ ਦੇ ਵਿੱਚ, ਉਹਨੇ ਢੋਲ ਵਜਾਉਣਾ ਖੁਸ਼ੀ ਦੇ ਵਿੱਚ। ਆਪਣੇ ਆਪ ਨੂੰ ਬੜਾ ਫਕੀਰ ਸਮਝਦਾ ਸੀ। ਸਮਾਂ ਬੀਤਿਆ, ਆਪਣੇ ਪੁੱਤਰ ਦੀ ਮੌਤ ਹੋ ਗਈ, ਗੱਲ 'ਚ ਢੋਲ ਨਹੀਂ ਸੀ। ਕਿਸੇ ਨੇ ਕਿਹਾ ਕਿ ਜਦੋਂ ਬਾਕੀ ਲੋਕਾਂ ਦੇ ਮੁਰਦੇ ਸ਼ਮਸ਼ਾਨ ਘਾਟ ਵੱਲ ਨੂੰ ਜਾਂਦੇ ਸੀ, ਤੂੰ ਢੋਲ ਵਜਾਉਂਦਾ ਸੀ ਕਿ ਸੰਸਾਰ ਦੇ 'ਚ ਇਸੇ ਕੰਮ ਆਏ, ਅੰਤ ਜਾਣਾ, ਸਾਨੂੰ ਤਾਂ ਖੁਸ਼ੀ ਹੈ। ਕਹਿੰਦਾ ਅੱਜ ਆਪਣਾ ਪੁੱਤਰ ਗਿਆ ਜੇ ਢੋਲ ਨਹੀਂ ਵਜਾਇਆ ਜਾ ਰਿਹਾ। ਸੋ ਆਪਣਿਆਂ ਦੀ ਮੌਤ ਦੇ ਉੱਪਰ ਗੱਲ ਕਰਨੀ ਬਹੁਤ ਔਖੀ ਹੁੰਦੀ ਹੈ, ਅਤੇ ਗੁਰੂ ਪਾਤਸ਼ਾਹ ਜ਼ਿੰਦਗੀ ਦਾ ਸਭ ਤੋਂ ਵੱਡਾ ਉਪਦੇਸ਼ ਉਦੋਂ ਦੇ ਰਹੇ ਨੇ ਜਦੋਂ ਪੁੱਤਰ ਦੀ ਲਾਸ਼ ਘਰ 'ਚ ਪਈ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਕੈਸਾ